ਔਰ ਤੁਸੀਂ ਕਹਿ ਰਹੇ ਆ ਵੀ ਮੈਂ ਗੱਡੀ ਨੂੰ ਰੰਗ ਹੀ ਨਹੀਂ ਕੀਤਾ, ਔਰ ਤੁਹਾਡੇ ਇੱਥੋਂ ਦੇ ਜਿਹੜੇ ਮੈਨੇਜਰ ਸਾਹਿਬ ਆ ਉਹ ਖੁਦ ਮੰਨਦੇ ਪਏ ਆ ਮਾੜਾ ਰੰਗ ਹੋਇਆ ਹੋਇਆ, ਔਰ ਮੇਰੇ ਥੱਲੇ ਨੀਚੇ ਲਾਈਵਿਲ 30,000 ਦੇ ਲਾਈਵਿਲ ਆ, ਉਹਨਾਂ ਨੂੰ ਰੰਗ ਤੁਸੀਂ ਕਰਤਾ ਭਾਅ ਜੀ, ਏਡਾ ਘਟੀਆ ਕੰਮ! ਤੁਹਾਡੇ ਇੰਪਲਾਈ ਕਹਿੰਦੇ ਵੀ ਗੱਡੀ ਵਰਕਸ਼ਾਪ ਖੜੀ ਆ, ਜਦਕਿ ਗੱਡੀ ਜਿਹੜੀ ਸੀਗੀ ਗੱਡੀ ਦੁਬਾਰਾ ਜਲੰਧਰ ਦੇ ਰੂਟ 'ਤੇ ਜਾਂਦੀ ਪਈ ਸੀ ਦੁਬਾਰਾ ਫੇਰਾ 'ਚ, ਮੇਰੀ ਗੱਡੀ ਚੋਰੀ ਵੀ ਆ ਕਿਉਂ ਜੋ ਤੇਲ ਨਹੀਂ ਪੈਂਦਾ। ਗੱਡੀ ਦੀ ਟਾਕੀ ਰੰਗਵਾਉਣ ਲਈ ਦਿੱਤੀ ਸੀ ਤੇ ਏਜੰਸੀ ਵਾਲਿਆਂ ਨੇ ਅੱਧੀ ਗੱਡੀ ਤੇ ਪੇਂਟ ਕਰ ਦਿੱਤਾ, ਦੋ ਡੈਂਟ ਕੱਢਣ ਲਈ ਕਿਹਾ ਤਾਂ ਅੱਧੀ ਗੱਡੀ ਤੇ ਪੇਂਟ ਮਾਰ ਦਿੱਤਾ। ਸਰਦਾਰ ਵਿਅਕਤੀ ਨੇ ਏਜੰਸੀ ਪਹੁੰਚ ਕੇ ਏਜੰਸੀ ਵਾਲਿਆਂ ਦੀ ਰੇਲ ਬਣਾ ਦਿੱਤੀ। ਮੈਂ ਤੁਹਾਨੂੰ ਭਾਜੀ 5500 ਰੁਪਇਆ ਪੇ ਕੀਤਾ ਗੱਡੀ ਦੀ ਬਾਰੀ ਖੱਬੇ ਬੰਨੇ ਵਾਲੀ ਦੇ ਦੋ ਦੋ ਇੰਚ ਦੇ ਡੰਡ ਕਰਨੇ, ਠੀਕ ਹੈ ਜੀ? ਤੁਸੀਂ ਵੀਰ ਜੀ ਮੇਰੀ ਗੱਡੀ ਨੂੰ ਸਾਰੀ ਰੰਗ ਕਰਤਾ, ਔਰ ਤੁਸੀਂ ਕਹਿ ਰਹੇ ਆ ਵੀ ਮੈਂ ਗੱਡੀ ਨੂੰ ਰੰਗ ਹੀ ਨਹੀਂ ਕੀਤਾ, ਔਰ ਤੁਹਾਡੇ ਇੱਥੋਂ ਦੇ ਜਿਹੜੇ ਮੈਨੇਜਰ ਸਾਹਿਬ ਆ ਉਹ ਖੁਦ ਮੰਨਦੇ ਪਏ ਆ ਮਾੜਾ ਰੰਗ ਹੋਇਆ ਹੋਇਆ, ਔਰ ਮੇਰੇ ਥੱਲੇ ਨੀਚੇ ਲਾਈਵਿਲ 30,000 ਦੇ ਲਾਈਵਿਲ ਆ, ਉਹਨਾਂ ਨੂੰ ਰੰਗ ਤੁਸੀਂ ਕਰਤਾ ਭਾਜੀ, ਏਡਾ ਘਟੀਆ ਕੰਮ! ਮਰਵਾਹਾ ਆਟੋ ਤੋਂ ਕੰਮ ਕਰਾਇਆ ਭਾਜੀ ਮੈਂ ਕਿਸੇ ਅਨਾੜੀ ਕੋਲ ਕੰਮ ਨਹੀਂ ਕਰਾਇਆ। ਤੁਸੀਂ ਮੈਨੂੰ ਟੂ ਦੀ ਪੁਆਇੰਟ ਗੱਲ ਭਾਜੀ ਇਹ ਕਰਨੀ ਆ, ਭਾਵੇਂ ਮੇਰੀ ਨਵੀਂ ਗੱਡੀ ਭੇਜ ਕੇ, ਮੇਰੀ ਗੱਡੀ ਨਵੀਂ ਆ, ਤੁਸੀਂ ਮੇਰੀ ਭਾਜੀ ਨਵੀਂ ਗੱਡੀ ਦਾ ਹੱਲ ਮੈਂ ਕੋਈ 5500 ਰੁਪਏ ਲਵੋ, ਮੈਨੂੰ ਮੇਰੀਆਂ ਦੋਨੋਂ ਬਾਰੀਆਂ ਬਦਲ ਕੇ ਦੇਵੋ, ਮੇਰਾ ਫੈਂਡਰ ਬਦਲ ਕੇ ਦੇਵੋ, ਮੇਰਾ ਢੱਕਣ ਬਦਲ ਕੇ ਦੇਵੋ, ਬਦਲ ਕੇ ਦੇਣੇ ਕਿ ਨਹੀਂ ਦੇਣੇ ਭਾਜੀ? ਜੀ ਹਾਂ, ਗੱਡੀ ਦੇ ਮਾਲਕ ਦਾ ਇਲਜ਼ਾਮ ਹੈ ਕਿ ਉਸ ਦੀ ਗੱਡੀ ਦੇ ਖੱਬੇ ਪਾਸੇ ਵਾਲੀ ਤਾਕੀ ਤੇ ਡੈਂਟ ਪੈ ਗਏ ਸੀ, ਜਿਸ ਲਈ ਉਸ ਨੇ ਸੁਲਤਾਨਪੁਰ ਲੋਧੀ 'ਚ ਬਣੀ ਮਰੂਤੀ ਦੀ ਏਜੰਸੀ ਮਰਵਾਹਾ ਆਟੋ 'ਚ ਗੱਡੀ ਦੀ ਟਾਕੀ ਪੇਂਟ ਕਰਵਾਉਣ ਲਈ ਦਿੱਤੀ, ਪਰ ਏਜੰਸੀ ਵਾਲਿਆਂ ਨੇ ਉਸ ਦੀ ਗੱਡੀ ਦੀ ਪੂਰੀ ਖੱਬੀ ਸਾਈਡ ਨੂੰ ਰੰਗ ਕਰ ਦਿੱਤਾ। ਸਰ ਕੋਈ ਫਹਿਮ ਤੁਸੀਂ ਭਾਜੀ, ਤੁਸੀਂ ਇੱਕ ਮਿੰਟ ਭਾਜੀ, ਮੈਂ ਕਹਿੰਦਾ ਮੇਰੇ ਕੋਲ ਚਾਰੇ ਕਦੀ ਗੱਡੀ ਕੋਈ ਹੋਰ ਹੋਊਗੀ, ਜਿਹੜੇ ਗਰੀਬ ਕੋਲ ਗੱਡੀ ਇੱਕ ਜ਼ਿੰਦਗੀ ਦੀ ਗੱਡੀ ਉਹਨੇ ਇੱਕ ਲਿੱਤੀ ਹੋਊਗੀ, ਸਾਰੀ ਜ਼ਿ੦ਗੀ ਪੈਸੇ ਜੋੜ ਜੋੜ ਕੇ ਤੁਹਾਡੇ ਵਰਗੇ ਏਜੰਸੀਆਂ ਨੇ ਸਕੀ ਕਹਿਣਾ, ਉਹਨੇ ਕਹਿਣਾ ਮੈਂ ਗੱਡੀ ਵੇਚਣੀ, ਉਹਨੇ ਕਹਿਣਾ ਮਾਰੇ ਸਾਰਾ ਗੱਡੀ ਪੇਂਟ ਆ ਜੀ, ਰੁਪਈਆ 2,00,000 ਘੱਟ ਗਿਆ ਤਾ ਜੀ। ਉਹ ਭਾਜੀ ਮੇਰੀ ਗੱਲ ਸੁਣੋ ਯਾਰ, ਤੁਹਾਡੇ ਬੰਦੇ ਨੇ ਚੋਰੀ ਵੀ ਨਹੀਂ ਕਰਨੀ ਆਈ, ਤੁਸੀਂ ਪੇਂਟ ਕਲੀਅਰ ਮਾਰਦੇ ਪਏ ਆ, ਪਿਛਲੀ ਵਾਰੀ ਨੂੰ ਸਕਰੈਚ ਪਏ ਆ, ਉਦੋਂ ਕਮ ਸੇ ਕਮ ਸਕਰੈਚਾਂ ਦੇ ਕੋਈ ਕੰਪਾਊਂਡ ਮਾਰ ਲਾ ਜਾਂ ਪੇਂਟ ਹੀ ਮਾਰ ਲਾ ਜੀ, ਪੇਂਟ ਮਾਰ ਲਾ ਤੇ ਸਕਰੈਚਾਂ ਦੇ ਉੱਪਰ ਲੇਅਰ ਪਾਤੀ ਮਾਰੇ ਸ਼ੀਸ਼ੇ ਦੀ, ਹੱਦ ਹੋ ਗਈ ਯਾਰ। ਸਰ ਜੀ ਮੈਂ ਪਾਰਟਸ ਨਹੀਂ ਲੈਣੇ, ਮੈਂ ਗੱਡੀ ਫਿਜੀਕਲੀ ਕੋਲ ਖੜੀ ਕਰਾ ਕੇ ਪਾਰਟ ਬਣਾਉਣੇ ਆ, ਬਦਲਨੇ ਆ ਕਿ ਨਹੀਂ ਬਦਲਨੇ, ਦੋ ਗੱਲਾਂ ਕਰਨੀਆਂ, ਤੀਜੀ ਗੱਲ ਨਹੀਂ ਕਰਨੀ, ਨਹੀਂ ਤਾਂ ਗੱਡੀ ਮੈਂ ਨਹੀਂ ਲੈ ਕੇ ਜਾਣੀ, ਮੀਡੀਆ ਮੇਰੇ ਸਾਹਮਣੇ, ਮੀਡੀਆ ਮੇਰੀ ਰਿਕਾਰਡਿੰਗ ਕਰਦਾ, ਮੀਡੀਆ ਭਾਅ ਜੀ ਮੀਡੀਆ ਮੇਰੀ ਰਿਕਾਰਡਿੰਗ ਕਰਦਾ ਪਿਆ ਵਾ ਜੀ, ਤੁਸੀਂ ਜਾਣੋ, ਤੁਹਾਡਾ ਕੰਮ ਜਾਣੇ ਭਾਅ ਜੀ, ਮੈਂ ਗੱਡੀ ਮਰਵਾਹਾ ਆਟੋ ਨੂੰ ਦਿੱਤੀ ਹੈ ਜੀ। ਨਹੀਂ ਸਰ ਦੇਖਣਾ ਕੀ ਤੁਸੀਂ ਜੀ, ਦੇਖਣਾ ਤਾਂ ਹੈ ਹੀ ਕੋਈ ਨਹੀਂ, ਮੇਰੀ ਨਵੀਂ ਗੱਡੀ ਸੀ, ਮੈਂ ਬਾਰੀ ਰੰਗ ਕਰਨੀ ਸੀ, ਤੁਸੀਂ ਮੇਰੀ ਬਾਕੀ ਚੀਜ਼ਾਂ ਨੂੰ ਰੰਗ ਕੀਤਾ ਮੇਰੇ ਪੁੱਛੇ ਬਗੈਰ, ਠੀਕ ਹੈ ਜੀ? ਤੁਸੀਂ ਕੌਣ ਹੁੰਦੇ ਆ ਮੇਰੀ ਗੱਡੀ ਨੂੰ ਰੰਗ ਕਰਨ ਵਾਲੇ? ਮੇਰਾ ਉਹਦਾ ਸਵਾਲ ਦਾ ਜਵਾਬ ਦਿਓ ਭਾਅ ਜੀ ਤੁਸੀਂ। ਦੂਜੀ ਗੱਲ ਭਾਅ ਜੀ ਇਹ ਆ, ਤੁਹਾਡਾ ਹੁਣੇ ਤੁਹਾਡਾ ਜਿਹੜਾ ਸਿਆਣੀ ਸੀਗਾ ਉਹ ਤੁਹਾਡੇ ਬੰਦਾ ਉਹ ਕਹਿੰਦਾ ਪਿਆ ਕਿ ਮੈਂ ਗੱਡੀ ਨਵੀਂ ਮੰਗਾ ਕੇ ਪਾਰਟਸ ਚੇਂਜ ਕਰਾ ਦਿੰਦਾ, ਠੀਕ ਆ? ਹੁਣ ਤੁਸੀਂ ਕਹਿੰਦੇ ਪਏ ਮੈਂ ਨਵੇਂ ਤੁਹਾਨੂੰ ਪਾਰਟਸ ਇਸ਼ੂ ਕਰਾ ਦਿੰਦਾ, ਮੈਂ ਭਾਅ ਜੀ ਗੱਡੀ ਪੁਰਾਣੀ ਨਹੀਂ ਭੇਜੀ, ਮੈਂ 10 ਸਾਲ ਪੁਰਾਣੀ ਗੱਡੀ ਤੁਹਾਨੂੰ ਨਹੀਂ ਭੇਜੀ, ਮੈਂ 2023 ਮਾਡਲ ਗੱਡੀ ਭੇਜੀ ਆ, 4 ਮਹੀਨੇ ਪੁਰਾਣੀ। ਭਾਅ ਜੀ ਭਾਅ ਜੀ ਮੇਰੀ ਗੱਲ ਸੁਣੋ, ਮੈਂ ਤੁਹਾਨੂੰ ਬਾਹਰੀ ਰੰਗ ਕਰਨੀ ਦਿੱਤੀ, ਮੈਂ ਤੁਹਾਨੂੰ ਬਾਹਰੀ ਰੰਗ ਕਰਨੀ ਦਿੱਤੀ ਨਾ, ਅਗਰ ਤੁਹਾਡੇ ਕੋਲ ਪੇਂਟ ਨਹੀਂ ਸੀ ਸੇਮ ਹੈਗਾ ਤੁਸੀਂ ਨਾ ਗੱਡੀ ਫੜਦੇ। ਗੱਡੀ ਮਾਲਕ ਸੰਤਪ੍ਰੀਤ ਸਿੰਘ ਮੁਤਾਬਕ ਉਸ ਨੇ 6 ਦਸੰਬਰ ਨੂੰ ਗੱਡੀ ਏਜੰਸੀ 'ਚ ਭੇਜੀ ਸੀ ਅਤੇ ਗੱਲ 5500 ਰੁਪਏ 'ਚ ਤੈਅ ਹੋਈ ਸੀ, ਪਰ ਪੂਰੇ ਪੈਸੇ ਲੈਣ ਦੇ ਬਾਵਜੂਦ ਵੀ ਉਸ ਦੀ ਅੱਧੀ ਗੱਡੀ ਨੂੰ ਰੰਗ ਕਰ ਦਿੱਤਾ ਗਿਆ, ਇੱਥੋਂ ਤੱਕ ਕਿ ਨਵੇਂ ਅਲਾਈ ਵੀਲਸ 'ਤੇ ਵੀ ਪੇਂਟ ਫੇਰ ਦਿੱਤਾ। ਮੇਰਾ ਨਾਮ ਸੰਤਪ੍ਰੀਤ ਸਿੰਘ ਆ ਜੀ, ਮੈਂ 6 ਤਰੀਕ ਨੂੰ ਮਰਵਾਹਾ ਆਟੋ ਸੁਲਤਾਨਪੁਰ ਲੋਧੀ 'ਚ ਆਪਣੀ ਬਲੈਨੋ ਗੱਡੀ PB09AK0053 ਆਪਣੇ ਵਰਕਰ ਦੇ ਥਰੂ ਭੇਜੀ ਸੀ ਜੀ। ਉਹਦੀ ਇੱਕ ਬਾਰੀ, ਇਸ ਬਾਰੀ ਵਿੱਚ ਛੋਟਾ ਜਿਹਾ ਇੱਕ ਡੰਡ ਸੀਗਾ ਇੱਥੇ, ਕਿ ਕਿੱਥੇ ਡੰਡ ਸੀ ਔਰ ਕਿੱਥੇ ਡੰਡ ਸੀਗਾ, ਔਰ ਉੱਥੇ ਇਹਨਾਂ ਨੂੰ ਗੱਲ ਕਹੀ ਵੀ ਮੇਰਾ ਇਹ ਬਾਰੀ ਨੂੰ ਪੇਂਟ ਕਰਾ ਦਿਓ। ਇਹਨਾਂ ਨੇ ਕਿਹਾ, ਪਹਿਲੀ ਗੱਲ ਇਹਨਾਂ ਨੇ ਕਹੀ, ਅਗਰ ਤੁਸੀਂ ਇੰਸ਼ੋਰੈਂਸ ਦੇ ਵਿੱਚ ਗੱਡੀ ਕਰਾਉਣੀ ਆ ਤਾਂ ਗੱਡੀ ਤੁਹਾਨੂੰ ਦੇਵਾਂਗੇ 20 ਦਿਨ ਬਾਅਦ, ਅਗਰ ਤੁਸੀਂ ਕੈਸ਼ ਕਰਾਉਣੀ ਹੈ ਤਾਂ ਤੁਹਾਨੂੰ ਅਸੀਂ 4-5 ਦਿਨਾਂ ਦੀ ਗੱਡੀ ਦੇ ਦੇਵਾਂਗੇ। ਅਸੀਂ ਇਹਨਾਂ ਨਾਲ
ਗੈਸ ਦੀ ਗੱਲ ਕਰੀ 5500 ਰੁਪਏ ਵਿੱਚ ਅਸੀਂ ਇਹਨਾਂ ਨਾਲ ਗੱਲ ਹੋ ਗਈ ਵੀ ਅਸੀਂ ਓਰਿਜਨਲ ਪੇਂਟ ਕਰਕੇ ਬਿਲਕੁਲ ਨਵੀਂ ਗੱਡੀ ਉਹਨਾਂ ਨੂੰ ਦੇ ਦਿਆਂਗੇ, ਕਿਉਂਕਿ ਗੱਡੀ ਮੇਰੀ ਸਿਰਫ 4 ਮਹੀਨੇ ਪੁਰਾਣੀ ਆ, 5000 ਕਿਲੋਮੀਟਰ ਚੱਲੀ ਗੱਡੀ ਹੈ ਜੀ, 2023 ਮਾਲ ਗੱਡੀ ਆ। ਉਸ ਤੋਂ ਬਾਅਦ ਜੀ ਇਹਨਾਂ ਨੂੰ ਇਹਨਾਂ ਦੀ ਮੈਨੂੰ ਕਾਲ ਆਈ 11 ਤਰੀਕ ਨੂੰ ਵੀ ਗੱਡੀ ਆਪਣੀ ਆ ਕੇ ਲੈ ਜਾਓ। ਜਿਸ ਦਿਨ ਮੈਂ 11 ਤਰੀਕ ਨੂੰ ਇਹਨਾਂ ਕੋਲ ਆਇਆ ਅਤੇ ਉਸ ਦਿਨ ਇਹਨਾਂ ਦੇ ਜਿਹੜੇ ਮੈਨੇਜਰ ਸਰਦਾਰ ਜੀ ਸੀ ਜਿਹੜੇ ਉਹ ਮੇਰੇ ਨਾਲ ਖੁਦ ਇੱਥੇ ਬਾਹਰ ਆਏ ਗੱਡੀ ਦੇਖਣ ਵਾਸਤੇ। ਉੱਧਰ ਵੀ ਇਸ ਗੱਡੀ ਦੇ ਵਿੱਚ ਸਪਰੇ ਦੇ ਨਿਸ਼ਾਨ ਸੀ ਜਿੱਦਾਂ ਕਿਸੇ ਅਨਾੜੀ ਨੇ ਸਪਰੇ ਕੀਤੀ ਹੁੰਦੀ ਆ, ਔਰ ਇਹ ਖੁਦ ਮੰਨ ਗਏ। ਇਹਨਾਂ ਨੇ ਗੱਡੀ 11 ਤਰੀਕ ਨੂੰ ਫਿਰ ਵਾਪਸ ਭੇਜਤੀ, ਔਰ ਇਹਨਾਂ ਦੇ ਕੋਈ ਉੱਥੇ ਵਰਕਸ਼ਾਪ ਦੇ ਹੈੱਡ ਹੈਗੇ ਆ ਮਿਸਟਰ ਸੈਣੀ, ਉਹਨਾਂ ਨਾਲ ਗੱਲ ਹੋਈ ਜੀ, ਉਹ ਕਹਿੰਦੇ ਜੀ ਸਾਡੀ ਗਲਤੀ ਆ, ਸਾਡੇ ਬੰਦਿਆਂ ਨੇ ਸਪਰੇ ਨਹੀਂ ਚੰਗੀ ਤਰ੍ਹਾਂ ਕੀਤੀ, ਅਸੀਂ ਗੱਡੀ ਵਾਪਸ ਮੰਗਾ ਲਈ। ਉਸ ਉਪਰੰਤ ਇਹਨਾਂ ਦੀ ਮੈਨੂੰ ਕੱਲ੍ਹ ਸ਼ਾਮੀ ਕਾਲ ਆਈ ਹੈ ਜੀ ਵੀ ਆਪਣੀ ਗੱਡੀ ਲੈ ਜਾਓ। ਅੱਜ ਸਵੇਰੇ ਮਾਰਨਿੰਗ ਕਿਤੇ ਮੇਰੀ ਦੁਕਾਨ ਦੇ ਬਾਹਰ ਵਰਕਰ ਬੈਠੇ ਸੀ, ਉਹਨਾਂ ਨੇ ਦੇਖਿਆ ਕਿ ਮੇਰੀ ਗੱਡੀ ਕਪੂਰਥਲਾ ਵੱਲ ਨੂੰ ਜਾ ਰਹੀ ਹੈ ਜੀ, ਔਰ ਮੈਂ ਇਹਨਾਂ ਦੇ ਆਫਿਸ ਕਾਲ ਕੀਤੀ ਜੀ, ਮੇਰੇ ਕੋਲ ਔਨ ਰਿਕਾਰਡ ਗੱਲ ਆ ਕਿ ਮੈਂ ਇਹਨਾਂ ਦੇ ਦਫ਼ਤਰ ਫੋਨ ਕੀਤਾ ਔਰ ਇਹਨਾਂ ਨੂੰ ਪੁੱਛਿਆ ਵੀ ਮੇਰੀ ਗੱਡੀ ਕਿੱਥੇ ਆ। ਇਹ ਕਹਿੰਦੇ ਮੇਰੀ ਗੱਡੀ ਸਾਡੇ ਵਰਕਸ਼ਾਪ ਖੜੀ ਹੈ ਜੀ। ਜਦੋਂ ਮੈਂ ਇੱਥੇ ਆਇਆ ਤਾਂ ਗੱਡੀ ਵਰਕਸ਼ਾਪ ਨਹੀਂ ਸੀ ਖੜੀ, ਇਹਨਾਂ ਨੇ ਅੱਜ ਮੇਰੀ ਤੀਜੀ ਵਾਰੀ ਗੱਡੀ ਵਰਕਸ਼ਾਪ 'ਚ ਜਲੰਧਰ ਭੇਜਣ ਲੱਗੇ ਸੀ ਸਹੀ ਕਰਾਉਣ ਵਾਸਤੇ। ਔਰ ਜਦੋਂ ਮੈਂ ਆਇਆ ਇਹਨਾਂ ਮੈਂ ਇਹਨਾਂ ਨੂੰ ਸਿਰਫ ਇੱਕ ਬਾਰੀ ਪੇਂਟ ਕਰਨ ਵਾਸਤੇ ਦਿੱਤੀ ਸੀ, ਇਹਨਾਂ ਨੇ ਮੇਰਾ ਫੈਂਡਰ, ਮੇਰੀ ਪਿਛਲੀ ਬਾਰੀ, ਮੇਰਾ ਟੈਂਕੀ ਦਾ ਢੱਕਣ, ਉਹ ਸਾਰੇ ਦੇ ਕਲੀਅਰ ਪੇਂਟ ਮਾਰ ਦਿੱਤਾ। ਜਦਕਿ ਮੇਰੀ ਗੱਡੀ ਇਹ ਨਵੀਂ ਗੱਡੀ ਸੀ, ਮੈਂ ਗੱਡੀ ਦਾ ਇਹਨਾਂ ਨੂੰ ਸਿਰਫ ਤੇ ਸਿਰਫ ਬਾਰੀ ਬਦਲਣ ਦਿੱਤੀ। ਇਲਜ਼ਾਮ ਹੈ ਕਿ ਜਦੋਂ ਗੱਡੀ ਮਾਲਕ ਨੇ ਇਸ ਸੰਬੰਧੀ ਏਜੰਸੀ ਮਾਲਕ ਨਾਲ ਗੱਲ ਕੀਤੀ ਤਾਂ ਪਹਿਲਾਂ ਉਹਨਾਂ ਨੇ ਪਾਰਟਸ ਨਵੇਂ ਲਵਾਉਣ ਦੀ ਗੱਲ ਆਖੀ, ਪਰ ਬਾਅਦ 'ਚ ਉਹ ਆਪਣੀ ਗੱਲ ਤੋਂ ਮੁਕਰ ਗਏ। ਗੱਡੀ ਮਾਲਕ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਏਜੰਸੀ 'ਚ ਕੋਈ ਵੀ ਆਪਣਾ ਕੰਮ ਨਾ ਕਰਵਾਇਆ ਜਾਵੇ। ਫਿਰ ਉਸ ਤੋਂ ਬਾਅਦ ਇਹਨਾਂ ਦੇ ਮਿਸਟਰ ਸਿਆਣੀ ਨਾਲ ਗੱਲ ਹੋਈ, ਉਹ ਕਹਿੰਦੇ ਜੀ ਸਾਡੀ ਗਲਤੀ ਹੈ ਜੀ, ਉਹ ਤੁਸੀਂ ਨਿਗਾਹ ਮਰਵਾਓ, ਮੇਰੇ ਲਾਈ ਬਿਲ 'ਤੇ ਹੀ ਪੇਂਟ ਮਾਰ ਦਿੱਤਾ ਜੀ। ਔਰ ਇਹਨਾਂ ਨੇ ਇਹ ਗੱਲ ਮੰਨੀ ਆ ਵੀ ਸਾਡੇ ਕੋਲ ਗਲਤੀ ਹੋਈ ਆ, ਅਸੀਂ ਆਪਣੀ ਨਵੀਂ ਗੱਡੀ ਭੇਜ ਦਿੰਦੇ ਹਾਂ, ਨਵੀਂ ਗੱਡੀ ਭੇਜਣ ਤੋਂ ਪਹਿਲਾਂ ਅਸੀਂ ਆਪਣੇ ਪਾਰਟ ਚੇਂਜ ਕਰਾ ਦਿੰਦੇ ਹਾਂ। ਹੁਣ ਇਹ ਇਸ ਗੱਲ ਨੂੰ ਸਕਿੱਪ ਕਰਦੇ ਪਏ ਆ, ਇਹ ਕਹਿੰਦੇ ਪਏ ਜੀ ਅਸੀਂ ਆਪਣੇ ਤੁਹਾਨੂੰ ਸਟੋਰ ਦੇ ਵਿੱਚੋਂ ਨਵੇਂ ਪਾਰਟਸ ਕਢਵਾ ਦਿੰਦੇ ਹਾਂ ਔਰ ਉਹਨੂੰ ਪੇਂਟ ਕਰਾ ਕੇ ਤੁਸੀਂ ਲਵਾ ਦਿੰਦੇ ਹਾਂ। ਮੇਰੀ ਗੱਡੀ 2023 ਮਾਡਲ ਆ ਜੀ, ਮੈਂ ਅਗਰ ਇਹ ਗੱਡੀ ਉਹਨਾਂ ਨੂੰ ਦੇਖਾ ਤਾਂ ਇਹਨਾਂ ਨੇ ਕਹਿ ਦੇਣਾ ਵੀ ਇਹ ਗੱਡੀ ਐਕਸੀਡੈਂਟ ਹੋਈ ਹੋਈ ਆ। ਮਤਲਬ ਇਹ ਇੰਨਾ ਘਟੀਆ ਕੰਮ ਕਰਦੇ ਆ, ਇੰਨੀ ਮਾੜੀ ਸਰਵਿਸ ਇਹਨਾਂ ਦੀ, ਇਹ ਜਾਂ ਤਾਂ ਮੇਰਾ ਨਿਆਂ ਕਰ, ਨਹੀਂ ਤਾਂ ਮੈਂ ਜੀ ਕੰਜ਼ਿਊਮਰ ਕੋਰਟ ਵਿੱਚ ਜਾਊਂਗਾ ਜੀ। ਔਰ ਮੈਂ ਮੀਡੀਆ ਦੇ ਮਾਧਿਅਮ ਨੇ ਕਹੂੰਗਾ ਵੀ ਇਹਨਾਂ ਤੋਂ ਜ਼ਿੰਦਗੀ ਕਦੀ ਕੋਈ ਕੰਮ ਨਾ ਕਰਾਓ, ਇਹਨਾਂ ਦੀ ਸਰਵਿਸ ਇੰਨੀ ਕੁ ਜ਼ਿਆਦਾ ਘਟੀਆ ਵਾ। ਤੁਸੀਂ ਆਪ ਨਿਗਾਹ ਮਾਰੋ, ਜਿਹਦੀ 2023 ਮਾਡਲ ਗੱਡੀ ਇੱਕ ਵਾਰੀ ਪੇਂਟ ਹੋਣ ਦੇ ਦਿੱਤੀ ਹੋਈ, ਉਹ ਸਾਰੀ ਗੱਡੀ ਨੂੰ ਪੇਂਟ ਮਾਰ ਦਿਓ, ਔਰ ਬਾਅਦ ਵਿੱਚ ਮੰਨਦੇ ਨਹੀਂ ਬਈ ਮੈਂ ਪੇਂਟ ਕੀਤਾ ਵਾ। ਜਿਹੜੇ ਇਹਨਾਂ ਦੇ ਮੌਕੇ ਦੇ ਸੁਲਤਾਨਪੁਰ ਜਿਹੜੇ ਇੰਪਲਾਈ ਆ ਉਹ ਮੰਨ ਰਹੇ ਆ, ਹਾਂਜੀ ਭਾਜੀ ਸਪਰੇਆਂ ਵੱਜੀਆਂ ਹੋਈਆਂ, ਕਲੀਅਰ ਵੱਜਿਆ ਹੋਇਆ ਵਾ। ਹੁਣ ਇਹ ਮੈਨੂੰ ਸਵੇਰ ਤੋਂ ਮੈਂ 11 ਵਜੇ ਦਾ ਇੱਥੇ ਖੜਾ ਵਾਂ, ਹੁਣ 2 ਵਜੇ ਚੱਲੇ ਆ, ਇਹ ਮੈਨੂੰ ਸਵੇਰ ਦਾ ਟਾਵਾਂ ਟੋਲ ਕਰ ਰਹੇ ਆ। ਮੇਰੀ ਮੀਡੀਆ ਦੇ ਮਾਧਿਅਮ ਨਾਲ ਇਹੀ ਇੱਕ ਗੁਜ਼ਾਰਿਸ਼ ਆ ਵੀ ਮਰਵਾਹ ਆਟੋਸ ਤੋਂ ਕੋਈ ਕੰਮ ਨਾ ਕਰਾਓ, ਇਹਨਾਂ ਕੋਈ ਮਤਲਬ ਇੰਪਲਾਈ ਜਿਹੜੇ ਇਹਨਾਂ ਦੇ ਵਰਕਰ ਜਿਹੜੇ ਕੰਮ ਕਰਦੇ ਆ ਕੋਈ ਮਤਲਬ ਨਹੀਂ, ਕੰਮ ਦੇ ਨਹੀਂ ਹੈਗੇ, ਬਾਅਦ ਵਿੱਚ ਕੋਈ ਨਿਆਂ ਨਹੀਂ ਦਿੰਦੇ। ਮੈਂ ਤਾਂ ਗੱਡੀ ਕਰਵਾ ਲੂੰਗਾ ਇਹਨਾਂ ਕੋਲੋਂ, ਜਦੋਂ ਮੈਂ ਮਾਂ ਯੋਗ ਅਦਾਲਤ ਵਿੱਚ ਪੇਸ਼ ਹੋਊਂਗਾ ਜੀ, ਕੋਰਟ ਜਾਊਂਗਾ, ਮੈਂ ਦੱਸੂਗਾ ਇਹਨਾਂ ਨੂੰ ਵੀ ਇੱਕ ਕੰਜ਼ਿਊਮਰ ਦੀ ਕੀ ਪਾਵਰ ਹੁੰਦੀ ਆ, ਕੰਜ਼ਿਊਮਰ ਕਿੱਥੋਂ ਤੱਕ ਜਾ ਸਕਦਾ ਅਗਰ ਤੁਸੀਂ ਇੱਕ ਨਜਾਇਜ਼ ਕੰਮ ਕਿਹਨਾਂ ਕਰੋਗੇ। ਧੰਨਵਾਦ। ਜਦਕਿ ਜਦੋਂ ਇਸ ਸੰਬੰਧੀ ਏਜੰਸੀ ਦੇ ਮੈਨੇਜਰ ਪਰਮਜੀਤ ਸਿੰਘ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਕੈਮਰੇ ਤੋਂ ਭੱਜਦੇ ਨਜ਼ਰ ਆਏ। ਭਾਜੀ ਜੀਐਮ ਸੁਲਤਾਨਪੁਰ ਦੀ ਕੀ ਕੰਮ ਕਰਦੇ ਹੋ? ਭਾਜੀ ਜੀਐਮ ਸਰ ਆ ਰਹੇ ਆ, ਉਹ ਆ ਕੇ ਗੱਲ ਸਾਰੀ ਕਲੀਅਰ ਕਰ ਦਿੰਦੇ ਆ। ਭਾਜੀ ਆ ਰਹੇ ਜੀਐਮ ਸਰ, ਮੈਂ ਕਲੀਅਰ ਗੱਲ ਕਰ ਦਿੰਦੇ। ਕੀ ਜਨਾਬ? ਨਾਮ ਪਰਮਜੀਤ ਸਿੰਘ ਹੈ, ਕਲੀਅਰ ਕਰ ਦਿੰਦੇ ਗੱਲ। ਇੱਥੇ ਬਤੌਰ ਕੀ ਰੂਟੀਨ ਮਾਰ ਰਹੇ ਹੋ ਤੁਸੀਂ? ਬਤੌਰ ਮੈਨੇਜਰ ਸਰ ਇੱਥੇ। ਗ੍ਰਾਹਕਾਂ ਨੂੰ ਪਰੇਸ਼ਾਨ ਕੀਤਾ ਗਿਆ ਹੋਵੇ, ਹੁਣ ਭਾਵੇਂ ਏਜੰਸੀ ਚਾਲਕ ਕੋਈ ਵੀ ਸਫਾਈਆਂ ਦਿੰਦੇ ਰਹਿਣ, ਪਰ ਨਵੀਂ ਗੱਡੀ ਦਾ ਨੁਕਸਾਨ ਸਾਫ਼ ਨਜ਼ਰ ਆ ਰਿਹਾ ਹੈ, ਜਿਸ ਦੀ ਭਰਪਾਈ ਕਰਨੀ ਵੀ ਬਣਦੀ ਹੈ। ਕਪੂਰਥਲਾ ਤੋਂ ਕਸ਼ਮੀਰ ਪੰਡਾਲ,
ਸੈਂਟਰਲ ਪੰਜਾਬ ਟੀਵੀ।